ਮਸ਼ੀਨ ਇਹਨੂੰ ਸੋਚਣਾ, ਇਹਨੂੰ ਸੋਚਣ ਲਾਉਣਾ ਮਸ਼ੀਨ ਨੂੰ ਅਸੀਂ, ਮਸ਼ੀਨ ਸੋਚ ਕੇ ਉਹਦਾ ਇਹਨੇ ਜਵਾਬ ਦੇਣਾ ਅਤੇ ਜੋ ਕੁਝ ਪਹਿਲਾਂ ਪਾਇਆ ਪਹਿਲਾਂ ਉਸੇ ਤੁਰਨਾ। ਅਗਲੀ ਗੱਲ ਜਿਹੜੇ ਇਹਨੇ ਆਪਣੇ ਐਕਸਪੀਰੀਅੰਸ ਵੀ ਨਾਲ ਗੇਨ ਕਰ ਰਹੇ ਆ, ਉਹ ਐਕਸਪੀਰੀਅੰਸ ਜਿਹੜੇ ਨੇ ਉਹ ਮੁੜ ਕੇ ਸਾਨੂੰ ਕਿੰਨਾ ਲਪੇਟੇ 'ਚ ਲਾਉਂਦੇ, ਗੱਲ ਉੱਥੇ ਹੋ ਰਹੀ ਆ ਵੀ ਅਜੇ ਉਹ ਉਸ ਸਟੇਜ 'ਤੇ ਆਉਣੀ ਆ ਗੱਲ, ਅਜੇ ਉਹ ਅਗਲੀ ਸਟੇਜ ਹੈ ਜੇ, ਅਤੇ ਇਹੋ ਕਿੱਸਾ ਵੀ ਉਹ ਕਿੰਨੀ ਕੁ ਸਾਨੂੰ ਆਪਣੀ ਗ੍ਰਿਪ ਦੇ ਵਿੱਚ ਰੱਖ ਸਕੀ, ਸਾਰੀ ਅਸੀਂ ਆਪਣਾ ਮਨੁੱਖ ਜਿਹੜਾ ਹੈ ਉਹ ਆਪਣੀ ਮਰਜ਼ੀ ਕਿੰਨੀ ਕੁ ਵਰਤ ਸਕਦਾ ਕਿ ਸਾਰਾ ਕੁਛ ਇਹੋ ਹੀ ਬਣ ਕੇ ਰੱਖ ਰਿਹਾ। ਹੁਣ ਤੁਸੀਂ ਇੱਥੇ ਇੱਥੇ ਵੱਜ ਗਏ ਜੇ ਕਿ ਡੱਬੀ ਜਿਹੀ 'ਤੇ, ਅਤੇ ਇਹ ਜੇ ਇਦੋਂ ਗਾਂਹ ਬਹੁਤ ਤੇਜ਼ੀ ਨਾਲ ਚੱਲਣਾ ਅਤੇ ਬਹੁਤ ਸਾਰੇ ਸਵਾਲ ਸਾਨੂੰ ਮਿਲ ਗਏ ਨੇ ਜੀ। ਬੜਾ ਕੁਛ ਹੋਰ ਹੋਣਾ, ਉਹਨਾਂ ਸਵਾਲਾਂ ਦਾ ਜਵਾਬ ਅਗਲੇ ਸਮੇਂ 'ਚ ਕਰਦੇ ਰਹਾਂਗੇ। ਬਹੁਤ ਸ਼ੁਕਰੀਆ, ਧੰਨਵਾਦ। ਕਿ ਜੇਕਰ ਅਸੀਂ ਬੱਚੇ ਨੂੰ ਸੰਵੇਦਨਾ ਨਾਲ, ਸਾਹਿਤ ਨਾਲ ਜੋੜ ਦਈਏ, ਜਿੰਨੀ ਮਰਜ਼ੀ ਟੈਕਨੋਲੋਜੀ ਆ ਜਾਵੇ, ਜੇ ਉਹ ਇੱਕ ਵਾਰ ਕਿਸੇ ਵੀ ਭਾਸ਼ਾ ਨਾਲ ਜੁੜ ਜਾਏਗਾ ਤਾਂ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਟੈਕਨੋਲੋਜੀ ਉਹਨੂੰ ਓਵਰਪਾਵਰ ਕਰ ਲਏਗੀ ਅਤੇ ਉਹਨੂੰ ਭਾਸ਼ਾ ਨਾਲ ਉਹ ਤੋੜ ਦੇਵੇਗੀ, ਕਿਉਂਕਿ ਭਾਸ਼ਾ ਦਾ ਬਹੁਤ ਮਹੱਤਵ ਹੈ। ਸਰ ਨੇ ਇੱਕ ਬਹੁਤ ਸੋਹਣੀ ਐਗਜ਼ਾਮਪਲ ਦਿੱਤੀ ਕਿ ਮਨਮੋਹਨ ਸਰ ਨੇ ਕਿ ਆਨੰਦ ਉਹਦੀ ਇਮੈਜੀਨੇਸ਼ਨ ਨਾਲ ਆਉਂਦਾ ਹੈ, ਪਰ ਇਮੈਜੀਨੇਸ਼ਨ ਨਾਲ ਉਹਨੂੰ ਆਨੰਦ ਤਾਂ ਆਏਗਾ, ਉਹਦਾ ਵੰਸ਼ ਅੱਗੇ ਨਹੀਂ ਚੱਲੇਗਾ। ਸੋ ਬਹੁਤ ਸਾਰੀਆਂ ਚੀਜ਼ਾਂ ਨੂੰ ਸਾਨੂੰ ਕੰਸੀਡਰ ਕਰਨਾ ਪਏਗਾ। ਇਹ ਜ਼ਰੂਰੀ ਨਹੀਂ ਹੈ ਕਿ ਆਰਟੀਫਿਸ਼ਲ ਇੰਟੈਲੀਜੈਂਸ ਸਾਡਾ ਨੁਕਸਾਨ ਹੀ ਕਰੇਗੀ, ਕਿਉਂਕਿ ਕਿਸੇ ਵੀ ਕਿਸਮ ਦੀ ਟੈਕਨੋਲੋਜੀ ਹੋਵੇ, ਮੇ ਬੀ ਆਫ ਐਨੀ ਸੋਰਟ, ਹੈ ਨਾ, ਉਹਨੂੰ ਕਿਸ ਤਰੀਕੇ ਨਾਲ ਯੂਜ਼ ਕੀਤਾ ਜਾਂਦਾ ਹੈ ਇਹ ਮਹੱਤਵਪੂਰਨ ਹੈ। ਇਹ ਜ਼ਰੂਰੀ ਨਹੀਂ ਹੈ ਕਿ ਉਹਦਾ ਨੁਕਸਾਨ ਹੀ ਹੋਵੇ, ਉਹਦਾ ਫਾਇਦਾ ਵੀ ਹੋਵੇਗਾ ਜੇ ਉਹਨੂੰ ਸਹੀ ਤਰੀਕੇ ਨਾਲ ਵਰਤਿਆ ਜਾਏਗਾ। ਅਤੇ ਸਾਹਿਤਕਾਰਾਂ ਦਾ ਅਤੇ ਨਾਲ ਭਾਸ਼ਾ ਅਧਿਆਪਕਾਂ ਦਾ ਮੇਰਾ ਪਰਸਨਲੀ ਇਹ ਮੰਨਣਾ ਹੈ ਕਿ ਬਹੁਤ ਵੱਡਾ ਰੋਲ ਹੈ ਦੁਨੀਆ ਨੂੰ ਇੱਕ ਬਿਹਤਰੀਨ ਦੁਨੀਆ ਬਣਾਉਣ ਲਈ। ਜਿਵੇਂ ਕਿ ਸਰ ਨੇ ਗੱਲ ਕੀਤੀ ਕਿ ਬਹੁਤ ਸਾਰੇ ਰਿਸੋਰਸਿਸ, ਬਹੁਤ ਸਾਰੇ ਕਿ ਆਲਮੋਸਟ ਚਰਚਾ ਕੀਤੀ ਹੈ ਅਤੇ ਸਾਡੀ ਜਾਣਕਾਰੀ 'ਚ ਭਰਪੂਰ ਵਾਧਾ ਕੀਤਾ। ਜਿਹੜੀ ਇਹ ਮਸ਼ੀਨੀ ਬੁੱਧੀ ਆ, ਮਸ਼ੀਨੀ ਬੁੱਧੀ ਨੇ ਸਾਡੇ ਜੀਵਨ ਦੇ ਹਰ ਖੇਤਰ ਵਿੱਚ ਆਪਣਾ ਘਰ ਪਾ ਲਿਆ। ਬੇਸ਼ੱਕ ਇਹਦੇ ਵਿੱਚ ਸਾਮਰਾਜਵਾਦ ਦਾ ਪੂਰਾ ਪੂਰਾ ਯੋਗਦਾਨ ਹੈ, ਮਸ਼ੀਨੀ ਬੁੱਧੀ ਨੂੰ ਲਿਆ ਵੀ ਰਿਹਾ, ਆਪਣੇ ਏਜੰਡੇ ਦੇ ਉੱਤੇ ਵਰਤ ਵੀ ਰਿਹਾ। ਉਹਦੇ ਨਾਲ ਜਿੱਥੇ ਸਾਡੇ ਮਾਇੰਡ ਤੱਕ, ਸਾਡੇ ਖਾਣ ਦੇ, ਸਾਡੇ ਰਹਿਣ ਦੇ, ਸਹਿਣ ਦੇ ਸਾਰੇ ਤਰੀਕਿਆਂ ਨੂੰ ਇਹ ਮਸ਼ੀਨੀ ਬੁੱਧੀ ਪ੍ਰਭਾਵਿਤ ਕਰ ਰਹੀ ਹੈ, ਜਿੱਥੇ ਅਸੀਂ ਆਪਣਾ ਆਪਣੇ ਸੱਭਿਆਚਾਰ ਦਾ, ਆਪਣੇ ਗੀਤ ਸੰਗੀਤ ਅਤੇ ਲੇਖਕ ਹੋਣ ਦੇ ਤੌਰ 'ਤੇ ਅਸੀਂ ਇਹ ਸੋਚਦੇ ਹਾਂ ਜਾਂ ਚਿੰਤਨ ਲਈ ਮਜਬੂਰ ਹਾਂ, ਅਤੇ ਜੋ ਸਾਨੂੰ ਵਿਖਾਇਆ ਜਾਂਦਾ ਹੈ, ਜੋ ਸੱਤਾਧਾਰੀ ਦੇ ਹੱਲੇ ਸੱਤਾ ਦੇ ਵਿੱਚ ਆਉਂਦੇ ਵੀ ਨਹੀਂ ਆ, ਅਤੇ ਉਸ ਤੋਂ ਪਹਿਲਾਂ ਹੀ ਸਾਡੇ ਅੱਗੇ ਇੱਕ ਸ਼ੀਸ਼ਾ ਰੱਖ ਦਿੱਤਾ ਜਾਂਦਾ ਕਿ ਆਹ ਫਲਾਣੀ ਇੰਨੀਆਂ ਸੀਟਾਂ ਨਾਲ ਜਿੱਤ ਕੇ ਸੱਤਾ 'ਤੇ ਆ ਗਏ ਆ, ਉਹ ਵੀ ਉਸੇ ਬੁੱਧੀ ਦਾ ਹਿੱਸਾ। ਸੋ ਫਿਰ ਇੱਕ ਵਾਰ ਵਿਦਵਾਨਾਂ ਦਾ ਧੰਨਵਾਦ ਕਰਦੇ ਹੋਏ, ਇਹ ਅਸੀਂ ਵਿਸ਼ਵਾਸ ਕਰਦੇ ਹਾਂ, ਸਾਨੂੰ ਆਪਣੀ ਟੀਮ 'ਤੇ ਪੂਰਾ ਯਕੀਨ ਆ ਕਿ ਸਾਡੀ ਟੀਮ ਹਮਲੇ ਮਾਰਦੀ ਰਹੇਗੀ। ਇੰਟੈਲੀਜੈਂਸ ਦੇ ਉੱਤੇ ਅੱਜ ਅਸੀਂ ਗੱਲ ਕਰ ਰਹੇ ਹਾਂ, ਸੋ ਇਹ ਬਹੁਤ ਜ਼ਰੂਰੀ ਹੈ ਕਿ ਸਹੀ ਪ੍ਰੋਬਲਮ, ਸਹੀ ਚੈਲੇਂਜ ਸਾਡੇ ਸਾਹਮਣੇ ਕੀ ਆ ਉਹਨੂੰ ਸਮਝਿਆ ਜਾਵੇ, ਕਿਉਂਕਿ ਕਹਿੰਦੇ ਨੇ ਕਿ ਜਦੋਂ ਪ੍ਰੋਬਲਮ ਸਮਝ ਆ ਜਾਏ ਤਾਂ 50% ਪ੍ਰੋਬਲਮ ਸੋਲਵ ਹੋ ਜਾਂਦੀ ਹੈ। ਸੋ ਮੇਰੇ ਹਿਸਾਬ ਨਾਲ ਜਿਹੜੀ ਆਹ ਗੱਲ ਕੀਤੀ ਜਾ ਰਹੀ ਹੈ ਕਿ ਆਰਟੀਫਿਸ਼ਲ ਇੰਟੈਲੀਜੈਂਸ ਹਿਊਮਨ ਇੰਟੈਲੀਜੈਂਸ ਨੂੰ
2049 ਤੱਕ ਓਵਰਲੈਪ ਕਰ ਜਾਏਗੀ ਜਾਂ ਉਸ ਤੋਂ ਬਾਅਦ ਚਲੀ ਜਾਏਗੀ। ਮੈਂ ਇਸ ਬਾਬਤ ਕੁਛ ਆਪਣੇ ਪੁਆਇੰਟਸ ਰੱਖਣਾ ਚਾਹੁੰਦਾ। ਆਰਟੀਫਿਸ਼ਲ ਇੰਟੈਲੀਜੈਂਸ ਡਿਪੈਂਡੈਂਟ ਹੈ ਹਿਊਮਨ ਦੇ ਉੱਤੇ, ਚਾਹੇ ਉਹ ਕਿਸੇ ਵੀ ਪੱਖੋਂ ਹੋਵੇ। ਚੈਟ GPT ਆਪਾਂ ਸਾਰੇ ਯੂਜ਼ ਕਰਦੇ ਹਾਂ, ਜਿਨ੍ਹਾਂ ਨੇ ਵੀ ਯੂਜ਼ ਕੀਤਾ। ਜਦੋਂ ਆਪਾਂ ਉੱਥੇ ਕੁਛ ਇਨਫੋਰਮੇਸ਼ਨ ਭਰਦੇ ਹਾਂ ਤਾਂ ਉੱਥੇ ਆਉਂਦਾ ਕਿ ਮੇਰੀ ਸਟੱਡੀ ਹੈ ਜਿਹੜੀ ਉਹ ਫਲਾਣੀ ਤਰੀਕ ਤੱਕ, February 2022 ਤੱਕ ਹੋਈ ਹੋਈ ਹੈ, ਮੇਰੇ 'ਚ ਜਿਹੜਾ ਡੇਟਾ ਸਟੋਰਡ ਹੈ ਉਹ ਇਸ ਤਰੀਕ ਤੱਕ ਸਟੋਰਡ ਹੈ, ਸੋ ਮੈਂ ਉਸ ਤਰੀਕ ਤੱਕ ਦੀ ਇਨਫੋਰਮੇਸ਼ਨ ਦੇ ਸਕਦੀ ਹਾਂ। ਨੋ ਡਾਊਟ ਫਿਊਚਰ ਦੇ ਵਿੱਚ ਇਹ ਲਾਈਵ ਕਵਰੇਜ ਵੀ ਕਰ ਸਕਦੀ ਹੈ ਵਿਦਆਊਟ ਪੁਰਾਣਾ ਡੇਟਾ ਛੱਕੇ, ਪ੍ਰੈਜੈਂਟ ਕੰਟੀਨਿਊਸ ਇਨਫੋਰਮੇਸ਼ਨ ਵੀ ਸਾਡੇ ਸਾਹਮਣੇ ਰੱਖ ਸਕਦੀ ਹੈ, ਬਟ ਸਟਿਲ ਉਹਨੂੰ ਹਿਊਮਨ ਪ੍ਰੋਂਪਟਸ ਦੀ ਲੋੜ ਪਏਗੀ। ਅਗਰ ਹਿਊਮਨ ਕੁਐਸਚਨ ਪੁੱਛੇਗਾ ਤਾਂ ਹੀ ਉਹ ਜਵਾਬ ਦਊਗੀ, ਉਹ ਡਿਪੈਂਡੈਂਟ ਹੈ ਹਿਊਮਨ 'ਤੇ। ਔਰ ਅਸੀਂ ਜਿਹੜੀ ਚੀਜ਼ਾਂ ਵਿੱਚ ਆਰਟੀਫਿਸ਼ਲ ਇੰਟੈਲੀਜੈਂਸ ਨੂੰ ਯੂਜ਼ ਕਰਦੇ ਹਾਂ, ਚਾਹੇ ਉਹ ਫੋਨ ਦੇ ਰੂਪ 'ਚ ਕਰਾਂਗੇ, ਚਾਹੇ ਉਹ ਕੰਪਿਊਟਰ ਦੇ ਰੂਪ 'ਚ ਕਰਾਂਗੇ, ਉਹ ਡਿਵਾਈਸਿਸ ਦੇ ਉੱਤੇ, ਉਹ ਚੀਜ਼ਾਂ ਦੇ ਉੱਤੇ ਡਿਪੈਂਡੈਂਟ ਹੈ। ਹਿਊਮਨ ਇੰਟੈਲੀਜੈਂਸ ਕਿਸੇ ਉੱਤੇ ਡਿਪੈਂਡੈਂਟ ਨਹੀਂ ਹੈ, ਆਰਟੀਫਿਸ਼ਲ ਇੰਟੈਲੀਜੈਂਸ ਹਿਊਮਨ ਉੱਤੇ ਡਿਪੈਂਡੈਂਟ ਹੈ। ਇੱਥੇ ਇਹਨਾਂ ਨੇ ਗੱਲ ਕੀਤੀ ਕਿ ਸਟੱਡੀ ਕੀਤੀ ਗਈ ਕਿ ਹਿਊਮਨ ਮੈਮਰੀ ਨੂੰ 1 ਕਰੋੜ ਗੁਣਾ ਵਧਾਇਆ ਜਾ ਸਕਦਾ ਹੈ। ਇੱਥੇ ਬਹੁਤ ਇੰਪੋਰਟੈਂਟ ਟਰਮ ਯੂਜ਼ ਕੀਤੀ ਗਈ ਕਿ ਸਟੱਡੀ ਕੀਤੀ ਗਈ, ਉਹ ਸਟੱਡੀ ਹਿਊਮਨ ਇੰਟੈਲੀਜੈਂਸ ਨੇ ਹੀ ਕੀਤੀ, ਉਹ ਸਟੱਡੀ ਆਰਟੀਫਿਸ਼ਲ ਇੰਟੈਲੀਜੈਂਸ 'ਚ ਪਾਈ ਗਈ, ਤਾਂ ਹੀ ਆਰਟੀਫਿਸ਼ਲ ਇੰਟੈਲੀਜੈਂਸ ਸਾਨੂੰ ਜਵਾਬ ਦੇ ਰਿਹਾ। ਜਿਹੜੇ ਚੈਲੰਜਸ ਤੁਸੀਂ ਇੱਥੇ ਡਿਸਕਸ ਕੀਤੇ, ਜਿਹੜੇ ਲੂਪ ਹੋਲਸ ਦੱਸੇ ਜਿਨ੍ਹਾਂ ਨੂੰ ਓਵਰਕਮ ਕਰਨਾ, ਉਹ ਸਭ ਹਿਊਮਨ ਮਾਈਂਡ ਦੀ ਉਪਜ ਹੀ ਹੈ। ਜਿਹੜੀ ਤੁਸੀਂ ਗੱਲ ਕੀਤੀ ਕਿ ਮੂਨ 'ਤੇ ਕਲੋਨੀ ਪਲੈਨ ਕੀਤੀ ਜਾ ਰਹੀ ਹੈ ਔਰ ਉੱਥੇ ਸਿਰਫ ਆਰਟੀਫਿਸ਼ਲ ਇੰਟੈਲੀਜੈਂਸ ਵਰਕ ਕਰੇਗੀ, ਰੋਬੋਟ ਵਰਕ ਕਰਨਗੇ, 3D ਪ੍ਰਿੰਟਿੰਗ ਟੈਕਨੋਲੋਜੀ ਵਰਕ ਕਰੇਗੀ, ਇਹ ਸਭ ਸੋਚ ਵੀ ਮੇਰੇ ਹਿਸਾਬ ਨਾਲ ਹਿਊਮਨ ਮਾਈਂਡ ਹੀ ਰਿਹਾ ਔਰ ਹਿਊਮਨ ਥੋਟ ਦੇ ਥਰੂ ਹੀ ਉਹ ਗਵਰਨ ਹੋਏਗਾ ਕਿ ਉੱਥੇ ਕਿਹੜੀ ਟੈਕਨੋਲੋਜੀ ਯੂਜ਼ ਕਰਨੀ ਹੈ। ਜਾਂ ਸਾਇੰਸ ਫਿਕਸ਼ਨ ਮੂਵੀਜ਼ ਜਿਹੜੀਆਂ ਆਪਾਂ ਦੇਖਦੇ ਹਾਂ, ਜਿੱਦਾਂ ਲੂਸੀ ਦਾ ਜ਼ਿਕਰ ਕੀਤਾ ਗਿਆ, ਉਹ ਸਾਰੀਆਂ ਫਿਲਮਾਂ ਮੇਰੇ ਦਿਮਾਗ ਦੇ ਵਿੱਚ ਆਈਆਂ ਅਤੇ ਉਹਦੇ ਨਾਲ ਰਿਲੇਟਡ ਹੀ ਮੇਰੇ ਕੁਝ ਕੁਐਸਚਨਸ ਹੈ। ਪਹਿਲਾ ਕੁਐਸਚਨ ਹੈਗਾ ਹਿਊਮਨ ਨੇਚਰ ਅਤੇ ਹਿਊਮਨ ਹਿਸਟਰੀ ਦੇ ਨਾਲ ਰਿਲੇਟਡ, ਕਿ ਜੇ ਆਪਾਂ ਇੱਕ ਇਨਸਾਨ ਦੀ ਫਿਤਰਤ ਦੇਖੀਏ, ਆਪਾਂ ਪਹਿਲਾਂ ਕੋਈ ਕੰਮ ਕਿਸੇ ਚੀਜ਼ ਨੂੰ ਨੋਟਿਸ ਕਰਦੇ ਹਾਂ ਅਤੇ ਆਪਾਂ ਉਹਨੂੰ ਟਰਾਈ ਕਰਨ ਦਾ ਸਾਡੇ ਅੰਦਰ ਹੁੰਦਾ ਕਿ ਆਪਾਂ ਕਰਕੇ ਦੇਖੀਏ, ਤਾਂ ਆਪਾਂ ਗਲਤੀ ਵੀ ਕਰੂੰਗੇ ਉਹਦੇ ਵਿੱਚ, ਆਪਾਂ ਗਲਤੀ ਕਰਦੇ ਹਾਂ ਅਤੇ ਉਹ ਤੋਂ ਬਾਅਦ 'ਚੋਂ ਆਪਾਂ ਉਹ ਤੋਂ ਸਿੱਖਣ ਦੀ ਕੋਸ਼ਿਸ਼ ਕਰਦੇ ਹਾਂ। ਅਤੇ ਸਾਰੀ ਹਿਸਟਰੀ ਦੇ ਵਿੱਚ ਇੱਦਾਂ ਹੋਇਆ, ਕਿਸੇ ਨੇ ਕੋਈ ਗਲਤੀ ਕੀਤੀ, ਕਿਸੇ ਰਾਜੇ ਨੇ ਕੋਈ ਗਲਤੀ ਕੀਤੀ, ਉਹ ਤੋਂ ਸਿੱਖਿਆ ਅਤੇ ਅੱਗੇ ਵਧੇ। ਅਤੇ ਮੇਨ ਕੁਐਸਚਨ ਇੱਥੇ ਇਹੀ ਆਉਂਦਾ ਕਿ ਜੋ ਸਾਡਾ ਹੈਗਾ ਲਾਈਫ ਦੇ ਵਿੱਚ, ਕਿ ਆਪਾਂ ਵੀ ਗਲਤੀ ਕਰਦੇ ਪਏ ਹਾਂ ਜਾਂ ਗਲਤੀ ਨਹੀਂ ਕਰਦੇ ਪਏ ਆਰਟੀਫਿਸ਼ਲ ਇੰਟੈਲੀਜੈਂਸ ਦੇ ਨਾਲ, ਉਹਨੂੰ ਕਲੀਅਰ ਕਰਨ ਦੀ ਲੋੜ ਹੈ। ਅਤੇ ਉਹਦੇ ਨਾਲ ਨਾਲ ਇਵੈਂਚੁਅਲੀ ਜਦੋਂ ਆਪਾਂ ਅੱਗੇ ਵਧਦੇ ਪਏ ਹਾਂ ਤਾਂ ਆਪਾਂ ਚੀਜ਼ਾਂ ਨੂੰ ਸੌਖਾ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ। ਕੋਈ ਵੀ ਮਸ਼ੀਨ ਸਾਡੇ ਕੰਮ ਨੂੰ ਸੌਖਾ ਕਰਨ ਦੀ ਕੋਸ਼ਿਸ਼ ਕਰਦੀ ਪਈ ਹੈ, ਆਪਾਂ ਜ਼ਿੰਦਗੀ ਦੇ ਵਿੱਚ ਸਿੰਪਲਿਸਿਟੀ ਚਾਹੁੰਦੇ ਪਏ। ਪਰ ਜੇ ਸਾਡਾ ਦਿਮਾਗ ਆਪਾਂ ਦੇਖੀਏ, ਸਾਡੇ ਦਿਮਾਗ ਨੂੰ ਸੌਖੀਆਂ ਚੀਜ਼ਾਂ ਇੰਨੀਆਂ ਪਸੰਦ ਵੀ ਨਹੀਂ ਆਉਂਦੀਆਂ। ਜੇ ਮੈਂ ਤੁਹਾਨੂੰ ਕਹਾਂ ਕਿ ਤੁਹਾਨੂੰ ਮਤਲਬ ਪੂਰੀ ਜ਼ਿੰਦਗੀ ਕੋਈ ਕੰਮ ਕਰਨ ਦੀ ਲੋੜ ਨਹੀਂ ਹੈ, ਮੈਂ ਤੁਹਾਨੂੰ ਪੈਸੇ ਦਿੰਦਾ ਰਹੂੰਗਾ, ਤੁਸੀਂ ਬਿਲਕੁਲ ਨਹੀਂ ਮੰਨੋਗੇ। ਥੋੜ੍ਹੇ ਟਾਈਮ 'ਚ ਸ਼ਾਇਦ ਮੰਨ ਵੀ ਜਾਊਂ, ਤੁਸੀਂ ਪਹਿਲਾਂ ਖੁਸ਼ ਹੋਵੋਗੇ ਕਿ ਯਾਰ ਬੜਾ ਸੌਖਾ ਹੈ, ਮਜ਼ਾ ਹੀ ਆ ਜਾਊਂਗੇ। ਪਰ ਹੌਲੀ ਹੌਲੀ ਬੋਰਡਮ ਜੋ ਹੈਗਾ, ਤੁਹਾਨੂੰ ਪੂਰਾ ਪੂਰਾ ਬੋਰ ਹੋ ਜਾਊਂਗੇ ਅਤੇ ਤੁਸੀਂ ਕੋਈ ਨਾ ਕੋਈ ਕੰਮ ਕਰਨਾ ਚਾਹੋਗੇ। ਅਤੇ ਇਹ ਆਇਆ ਜੋ ਸਾਡੀ ਜ਼ਿੰਦਗੀ ਨੂੰ ਇੰਨਾ ਸਿੰਪਲੀਫਾਈ ਕਰਦਾ ਪਿਆ, ਉਹਦੇ ਦੇ ਨਾਲ ਹੌਲੀ ਹੌਲੀ ਆਪਾਂ ਬੋਰਡਮ ਦੇ ਵੱਲ ਵੀ ਵੱਧ ਸਕਦੇ ਹਾਂ, ਉਹਦੇ ਉੱਤੇ ਵੀ ਚਰਚਾ ਕੀਤੀ ਜਾਵੇ। ਅਤੇ ਜੋ ਮੇਰਾ ਇੱਕ ਹੋਰ ਕੁਐਸਚਨ ਹੈਗਾ ਉਹ ਹੈਗਾ ਕਿ ਹਿਊਮਨ ਨੇਚਰ ਦੇ ਉੱਤੇ ਹੀ, ਕਿ ਜੋ ਸਾਡਾ ਹਿਊਮਨ ਟੈਂਡੈਂਸੀ ਹੈ, ਆਪਾਂ ਆਪਣੇ ਆਪ ਨੂੰ ਬਾਕੀ ਸਾਰੇ ਪ੍ਰਾਣੀਆਂ ਤੋਂ, ਬਾਕੀ ਸਾਰੀਆਂ ਚੀਜ਼ਾਂ ਤੋਂ, ਇੰਨਾ ਕਈ ਲੋਕ ਤਾਂ ਕੁਦਰਤ ਨੂੰ ਵੀ ਆਪਣੇ ਹੇਠਾਂ ਸਮਝਦੇ, ਆਪਣੇ ਆਪ ਨੂੰ ਸਭ ਤੋਂ ਉੱਚਾ ਸਮਝਦੇ ਹੈ ਹਿਊਮਨਸ। ਅਤੇ ਕੁਐਸਚਨ 'ਤੇ ਇਹੀ ਆ ਜਾਂਦਾ ਕਿ ਜਦੋਂ ਆਰਟੀਫਿਸ਼ਲ ਇੰਟੈਲੀਜੈਂਸ ਨੇ ਸਾਨੂੰ ਮਤਲਬ ਪਿੱਛੇ ਛੱਡ ਦਿੱਤਾ, ਸਭ ਤੋਂ ਅੱਗੇ ਲੰਘ ਜਾਣਾ ਇਹਨੇ, ਕਿਉਂਕਿ ਉਹ ਚੀਜ਼
ਮੈਂ ਲਾਈਕ ਉਹਨੂੰ ਇੱਕ ਥੋਟ ਨਹੀਂ ਕਹੂੰਗਾ, ਉਹ ਇੱਕ ਫੈਕਟ ਹੈ। ਕਾਫੀ ਹੱਦ ਤੱਕ ਉਹ ਅੱਗੇ ਲੰਘ ਵੀ ਚੁੱਕੀ ਹੈ ਅਤੇ ਹੌਲੀ ਹੌਲੀ ਕੰਪਲੀਟਲੀ ਹਰੇਕ ਬੰਦੇ ਨੂੰ ਪਿੱਛੇ ਛੱਡ ਕੇ ਅੱਗੇ ਲੰਘ ਚੁੱਕੀ ਹੋਵੇਗੀ। ਅਤੇ ਜਦੋਂ ਇਹ ਚੀਜ਼ ਵਾਪਰੇਗੀ ਤਾਂ ਉਦੋਂ ਜੋ ਹਿਊਮਨ ਸੁਪੀਰੀਓਰਿਟੀ ਹੈ, ਜੋ ਸਾਡਾ ਦਿਮਾਗ ਦੀ ਉਹ ਇੱਕ ਬੈਲੈਂਸ ਹੈਗਾ ਕਿ ਆਪਾਂ ਸਭ ਤੋਂ ਉੱਤੇ ਹੈਗੇ ਹਾਂ ਸਿਵਿਲਾਈਜੇਸ਼ਨ ਦੇ ਵਿੱਚ, ਉਸ ਚੀਜ਼ ਨੂੰ ਜਦੋਂ ਇੱਕ ਝਟਕਾ ਲੱਗੇਗਾ ਤਾਂ ਉਹਦਾ ਕਿਆ ਇੰਪੈਕਟ ਹੋਊਗਾ ਸਾਰੀ ਹਿਊਮੈਨਿਟੀ ਦੇ ਉੱਪਰ। ਪਹਿਲੀ ਗੱਲ ਤਾਂ ਇਹ ਹੈ ਕਿ ਮੈਨੂੰ ਲੱਗਦੀ ਹੈ ਆਰਟੀਫਿਸ਼ਲ ਇੰਟੈਲੀਜੈਂਸ ਜਿਹੜੀ ਮਸ਼ੀਨ ਹੈ ਉਹ ਤੋਂ ਡਰਨ ਦੀ ਲੋੜ ਨਹੀਂ ਹੈ। ਉਹ ਅਸਲ ਵਿੱਚ ਮਨੁੱਖ ਨੇ ਆਪਣੀ ਸਹੂਲਤ ਲਈ ਬਣਾਈ ਹੈ, ਅਤੇ ਅਸੀਂ ਆਪਣੀ ਸਹੂਲਤ ਲਈ ਉਹਨੂੰ ਕਿਸ ਤਰੀਕੇ ਨਾਲ ਵਰਤਦੇ ਹਾਂ ਉਹ ਉਹਦੇ ਉੱਪਰ ਜਿਹੜਾ ਅਮਰਜੀਤ ਗਰੇਵਾਲ ਉਹਨਾਂ ਨੇ ਇੱਕ ਟਾਈਮ ਪੀਰੀਅਡ ਫਿਕਸ ਕਰਤਾ ਕਿ 2049 ਦੇ ਵਿੱਚ ਜਿਹੜਾ ਬੰਦਾ ਹੈਗਾ ਉਹ ਬੁੱਗ ਟਾਈਪ ਹੋ ਜੂਗਾ, ਜਾਂ ਉਹਦੀ ਜਿਹੜੀ ਅਹਿਮੀਅਤ ਹੈ ਉਹ ਜ਼ੀਰੋ ਹੋ ਜੂਗੀ। ਉਸ ਗੱਲ ਦੇ ਉੱਪਰ ਕੀ ਅਥੈਂਟਿਸਿਟੀ ਹੈ ਵੀ 2049 ਦੇ ਵਿੱਚ ਬੰਦੇ ਦੀ ਜਿਹੜੀ ਐਗਜ਼ਿਸਟੈਂਸ ਉਹ ਜ਼ੀਰੋ ਹੋ ਜੂਗੀ? ਕਿਉਂਕਿ ਮੈਨੂੰ ਐਂ ਲੱਗਦੀ ਹੈ ਜਿਹੜੇ ਪੂੰਜੀਪਤੀ ਨੇ ਉਹ ਕਈ ਚੀਜ਼ਾਂ ਇਹੋ ਇਸ ਤਰੀਕੇ ਨਾਲ ਬਣਾਉਂਦੇ ਨੇ, ਉਹਨੂੰ ਕੰਟਰੋਲ ਕਰਦੇ ਨੇ ਬੰਦੇ ਨੂੰ ਕਿ ਉਹ ਆਪ ਤਾਂ ਰਹਿ ਜਾਣ, ਬਾਕੀ ਜਿਹੜੀ ਹੈਗੀ ਆ ਉਹ ਜਿਹੜੀ ਹਿਊਮਨ ਬੀਂਗ ਆ ਉਹ ਖਤਮ ਹੋ ਜਾਵੇ। ਆਪਣੇ ਸਾਹਮਣੇ ਇੱਕ ਬਹੁਤ ਵੱਡੀ ਉਦਾਹਰਣ ਹੈ ਕਿ ਕਰੋਨਾ ਕਾਲ ਦੇ ਦਰਮਿਆਨ ਇੱਕ ਗੱਲ ਬਿਲਕੁਲ ਕਲੀਅਰ ਹੋ ਗਈ ਹੈ ਕਿ ਕਰੋਨਾ ਜਿਹੜਾ ਸੀ ਉਹ ਮੈਡੀਕਲ ਮਾਫੀਆ ਦਾ ਕ੍ਰੀਏਟ ਕੀਤਾ ਹੋਇਆ ਸੀ, ਔਰ ਉਹਨਾਂ ਨੇ ਸਾਨੂੰ ਡਰਾ ਕੇ ਧਮਕਾ ਕੇ ਸਾਡੇ ਟੀਕੇ ਲਾਏ, ਅਤੇ ਤੁਹਾਨੂੰ ਕਿਹਾ ਸਾਰਿਆਂ ਨੂੰ ਕਿ ਤੁਹਾਨੂੰ ਅਸੀਂ ਸਿਨੇਮਾ ਹਾਲ 'ਚ ਨਹੀਂ ਵੜਨ ਦੇਣਾ, ਤੁਹਾਨੂੰ ਜਹਾਜ਼ 'ਤੇ ਨਹੀਂ ਚੜ੍ਹਨ ਦੇਣਾ, ਤੁਹਾਨੂੰ ਅਸੀਂ ਟ੍ਰੇਨ 'ਤੇ ਨਹੀਂ ਬੈਠਣ ਦੇਣਾ ਹੈਗਾ ਜੇ ਨਹੀਂ ਲਾਉਂਗੇ। ਔਰ ਮਤਲਬ ਕਿਸ ਤਰੀਕੇ ਨਾਲ ਸਾਰੀ ਦੁਨੀਆ ਨੂੰ ਕੰਟਰੋਲ ਕੀਤਾ, ਜਿਹੜੀ ਉਹ ਫੈਮਿਲੀ ਆ ਰੁੱਥ ਚਾਈਲਡ, ਤੁਸੀਂ ਉਹਨਾਂ ਬਾਰੇ ਪੜ੍ਹਿਆ ਹੋਣਾ ਹੈ, ਜਿਹੜੇ ਉਹ ਸਾਰੀ ਦੁਨੀਆ ਨੂੰ ਮਤਲਬ ਉਹ ਪੂੰਜੀਪਤੀ ਕੰਟਰੋਲ ਕਰਦੇ ਨੇ। ਇੱਕ ਨਿੱਕੀ ਜਿਹੀ ਉਦਾਹਰਨ ਦੇ ਕੇ ਮੈਂ ਆਪਣੀ ਗੱਲ ਖਤਮ ਕਰੂੰਗਾ। ਜਦੋਂ ਮੈਂ ਲਾਅ ਦਾ ਸਟੂਡੈਂਟ ਹਾਂ, ਉਸ ਤੋਂ ਬਾਅਦ ਮੈਂ ਐੱਮ ਏ ਸੋਸ਼ੋਲੋਜੀ ਕੀਤੀ, ਅਤੇ ਸਾਡੇ ਇੱਕ ਟੀਚਰ ਸਾਨੂੰ ਪੜ੍ਹਾਉਂਦੇ ਹੁੰਦੇ ਸੀਗੇ, ਉਹ ਕਹਿੰਦੇ ਸੀਗੇ ਹਾਊ ਟੂ ਕੰਟਰੋਲ ਦੀ ਮਾਇੰਡ ਆਫ ਹਿਊਮਨ ਬੀਂਗ। 25 June 1975 ਨੂੰ ਐਮਰਜੈਂਸੀ ਲੱਗ ਗਈ, ਅਤੇ ਉਸ ਤੋਂ ਬਾਅਦ ਇੱਕ ਬਹੁਤ ਵੱਡੀ ਮਤਲਬ ਲੋਕਾਂ ਦੇ ਵਿੱਚ ਕ੍ਰਾਂਤੀ ਆਈ, ਅਤੇ ਇੱਕ ਬਹੁਤ ਵੱਡੀ ਰੈਲੀ ਜਿਹੜੀ ਦਿੱਲੀ ਦੇ ਵਿੱਚ ਉਸ ਵੇਲੇ ਹੋਈ, ਤਾਂ ਉਦੋਂ ਬੌਬੀ ਫਿਲਮ ਆਈ ਸੀਗੀ ਜਿਹੜੀ ਕਿ ਲੋਕਾਂ ਨੂੰ ਉਹਨਾਂ ਨੇ ਉਸ ਵੇਲੇ ਕਮਲਾ ਜਿਹਾ ਕਰਤਾ ਸੀਗਾ, ਬਹੁਤ ਲੋਕ ਫਿਲਮ ਦੇਖਣ ਜਾਂਦੇ ਸੀਗੇ। ਦੂਰਦਰਸ਼ਨ 'ਤੇ ਅਨਾਊਂਸਮੈਂਟ ਡਾਕਟਰ ਅਮਰਜੀਤ ਹੋਣੀ ਗਰੇਵਾਲ ਨੂੰ ਤਾਂ ਅਵੇਲੇਬਲ ਸੀਗੇ, ਡਾਕਟਰ ਮਨਮੋਹਨ ਭਾਰਤ ਸਰਕਾਰ ਦੇ ਬਹੁਤ ਵੱਡੇ ਅਫਸਰ ਰਹੇ ਆ, ਪਿਛਲੀਆਂ ਜਿਹੜੀਆਂ ਚੋਣਾਂ ਹੋਈਆਂ ਉਹਨਾਂ ਚੋਣਾਂ ਦੇ ਦੌਰਾਨ ਵੀ ਅਤੇ ਉਸ ਤੋਂ ਬਾਅਦ ਵਿੱਚ ਵੀ ਗੌਰਮੈਂਟ ਆਫ ਇੰਡੀਆ ਇਹਨਾਂ ਦੀਆਂ ਸਰਵਿਸ ਲੈਣਾ ਚਾਹੁੰਦੀ ਸੀ, ਇਸ ਕਰਕੇ ਅਸੀਂ ਲੇਟ ਹੋਏ ਹਾਂ ਅਤੇ ਅੱਜ ਅਸੀਂ ਇਹ ਕਾਮਯਾਬ ਹੋ ਸਕੇ ਹਾਂ ਇਹਨੂੰ ਕਰਨ ਦੇ ਵਿੱਚ। ਤੁਸੀਂ ਇਹਨਾਂ ਦੋਨਾਂ ਵਿਦਵਾਨਾਂ ਦੇ ਵਿਚਾਰ ਵੀ ਸੁਣੇ ਆ, ਜਿਹੜੇ ਸਵਾਲ ਹੋਏ ਉਹ ਵੀ ਸੁਣੇ ਆ, ਇਹਨਾਂ ਦੇ ਜਵਾਬ ਵੀ ਦੇਣਾ ਆਪਾਂ ਜੇ ਹੋਰ ਸੁਣਨਾ ਆ। ਵਕਤ ਬਹੁਤ ਤੇਜ਼ੀ ਨਾਲ ਬੀਤ ਰਿਹਾ, ਠੀਕ 5 ਵਜੇ ਆਪਾਂ ਇਹਨੂੰ ਖਾਲੀ ਕਰਨਾ ਆ, ਇਸ ਕਰਕੇ ਮੈਂ ਵੀ ਅੱਧੇ ਮਿੰਟ 'ਚ ਆਪਣੀ ਗੱਲ ਮੁਕਾਉਣ ਜਾ ਰਿਹਾ ਕਿ ਆਰਟੀਫਿਸ਼ਲ ਇੰਟੈਲੀਜੈਂਸ ਦੀ ਵਰਤੋਂ ਇਸ ਵੇਲੇ ਜਿੱਥੇ ਹੋ ਰਹੀ ਆ, ਇਹ 'ਚ ਕੋਈ ਇਹ ਨਹੀਂ ਹੈ ਵੀ ਨਵਾਂ ਹੀ ਸੰਕਲਪ ਹੋਣਾ ਹੀ ਆਇਆ। 1956 ਦੇ ਵਿੱਚ ਮੈਕਾਰਥੀ ਨੇ
ਯੂਰਪ ਦੇ ਇੱਕ ਕੌਮ ਕਾਲਜ ਦੇ ਵਿੱਚ ਇਹਦਾ ਲੈਕਚਰ ਦਿੱਤਾ ਸੀ ਇਹਦੇ ਉੱਤੇ, ਕੌਮ ਦੀ ਗੱਲ ਚੱਲਦੀ ਚੱਲਦੀ ਹੁਣ ਤੱਕ ਪਹੁੰਚੀ ਹੈ। ਇਹਦੀ ਇਹਦੇ ਪੋਜ਼ੀਟਿਵ ਨੈਗੇਟਿਵ ਪਹਿਲੂ ਜਿਹੜੇ ਆ ਕਾਫੀ ਕੁਛ ਲਿਖਿਆ ਜਾ ਚੁੱਕਾ ਸਾਡੇ ਕੋਲ, ਕਿਉਂਕਿ ਬਾਹਰੀਆਂ ਦੂਜੀਆਂ ਭਾਸ਼ਾਵਾਂ ਰਾਹੀਂ ਹੋ ਕੇ ਪੰਜਾਬੀ 'ਚ ਗਿਆਨ ਆਉਂਦਾ ਆ, ਇਸ ਕਰਕੇ ਸਾਡੇ ਕੋਲ 60-70 ਸਾਲ ਬਾਅਦ ਆਇਆ ਇਹ। ਅਤੇ ਜਿਹੜਾ ਇਹ ਖਰਚਾ ਹੈਗਾ ਇਹਦਾ, ਜਿਵੇਂ ਮੈਡਮ ਬੀਬਾ ਜੀ ਨੇ ਕਿਹਾ ਕਿ ਇੱਕ ਤਾਂ ਹੈ ਨੈਰੋ AI, ਇੱਕ ਹੈਗੀ ਆ ਡੀਪ AI, ਇੱਕ ਹੈਗੀ ਆ ਸੁਪਰ AI। ਉਹਦੇ ਵਿੱਚ ਕੰਮ ਹੋ ਰਿਹਾ, ਪਰ ਮੈਂ ਸਮਝਦਾ ਜਿਹੜੀ ਅੱਜ ਦੀ ਡਿਸਕਸ਼ਨ 'ਚੋਂ ਵੀ ਕਿੱਦਾਂ ਨਿਕਲੀ ਹਾਂ ਕਿ ਅਜੇ ਤੱਕ ਅਸੀਂ ਕਿੱਥੇ ਪਹੁੰਚੇ ਹਾਂ। ਅਸੀਂ ਆਰਟੀਫਿਸ਼ਲ ਇੰਟੈਲੀਜੈਂਸ ਦੀਆਂ ਸੰਭਾਵਨਾਵਾਂ ਨੂੰ ਹੀ ਤਲਾਸ਼ ਰਹੇ ਹਾਂ, ਇਹ ਸਾਡੀ ਅੱਜ ਦੀ ਸਟਾਈ ਆ। ਜੇ ਇਹਦੀ ਵਰਤੋਂ ਜਿਵੇਂ ਕਰ ਰਹੇ ਹਾਂ ਵੀ ਤੁਹਾਡੇ ਘਰਾਂ 'ਚ ਅਲੈਕਸਾ ਪਈ ਆ, ਉਹਨੂੰ ਜਿਹੜਾ ਮਰਜ਼ੀ ਕਹਿ ਦੇਵੇਗਾ ਗੀਤ ਸੁਣਾ ਦੇਣਾ। ਡਰਾਈਵਰਲੈਸ ਕਾਰ ਦੀ ਐਗਜ਼ਾਮਪਲ ਦਿੱਤੀ ਜਾਟ ਸਾਹਿਬ ਨੇ, ਮੈਂ ਥੋੜ੍ਹੀ ਨਜ਼ਰ ਮਾਰੀ ਸੀ ਉੱਤੇ ਕਿ ਅੱਜ ਇਹਦੀ ਸਟੱਡੀ ਮੈਡੀਕਲ ਸਾਇੰਸ ਦੇ ਵਿੱਚ, ਬਾਇਓਟੈਕਨੋਲੋਜੀ 'ਚ ਅਤੇ ਸਾਇੰਸ ਦੇ ਵਿੱਚ, ਅਤੇ ਸਭ ਤੋਂ ਵੱਧ ਜਿਹੜੀ ਹੋ ਰਹੀ ਆ ਉਹ ਹੈਗੀ ਆ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਦੇ ਵਿੱਚ। ਜਦੋਂ ਬੈਂਕਾਂ ਕੋਲ ਜਾਂ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਦੇ ਕੋਲ ਕੋਈ ਬੰਦਾ ਲੋਨ ਲੈਣ ਨਹੀਂ ਜਾਂਦਾ, ਅਤੇ ਬੈਂਕਿੰਗ ਸਿਸਟਮ ਉਹਦਾ ਇੱਕ ਸਿੰਪਲ ਦੇਖਦਾ ਇਹ ਬੰਦਾ ਜਿਹੜਾ ਲੋਨ ਲੈਣ ਜਾ ਰਿਹਾ ਅਤੇ ਕੀ ਇਹਨੂੰ ਰੀਪੇ ਕਰਨ ਦੀ ਸਮਰੱਥਾ ਹੈਗੀ ਆ, ਇਹ ਬਾਤ ਕੀਤੀ ਜਾਂਦੀ ਆ। ਅਤੇ ਐਂਡ ਆਰਟੀਫਿਸ਼ਲ ਇੰਟੈਲੀਜੈਂਸ ਨੂੰ ਇਹ ਸੰਸਥਾਵਾਂ ਜਿਹੜੀਆਂ ਕਿਸ ਤਰ੍ਹਾਂ ਵਰਤ ਰਹੀਆਂ, ਉਹ ਇਮਾਨਦਾਰੀ ਨਾਲ ਵਰਤਣ ਕਿ ਬੇਈਮਾਨੀ ਨਾਲ ਵਰਤਣ। ਜੇ ਉਹ ਇਮਾਨਦਾਰੀ ਨਾਲ ਵਰਤਣ ਤਾਂ ਜਿਹੜੇ ਗੁਜਰਾਤ ਦੇ ਠੱਗ ਨੇ, ਕੋਈ ਨੀਰਵ ਮੋਦੀ ਹੋ ਗਿਆ, ਕੋਈ ਮੇਹਰ ਚੌਕਸੀ ਹੋ ਗਿਆ, ਉਹ ਹਜ਼ਾਰਾਂ ਕਰੋੜ ਰੁਪਈਆ ਲੱਗੇ ਭੱਜ ਨਹੀਂ ਸਕਦੇ। ਸੋ ਆਰਟੀਫਿਸ਼ਲ ਇੰਟੈਲੀਜੈਂਸ ਦੀ ਵਰਤੋਂ ਤਾਂ ਮਨੁੱਖ ਨਹੀਂ ਕਰਨੀ ਆ, ਇਹ ਉਹਨੇ ਦੇਖਣਾ ਵੀ ਇਹ ਬੇਈਮਾਨੀ ਨਾਲ ਕਰਨੀ ਆ ਜਾਂ ਇਮਾਨਦਾਰੀ ਕਰਨੀ। ਥੈਂਕ ਯੂ ਵੈਰੀ ਮਚ। ਹਾਲਤ ਨੇ ਕਿਹੜਾ ਹੁਕਮ ਕੀਤਾ ਉਹਨਾਂ ਯਾਦ ਕਰਨਾ ਜਾਂ ਲੱਭਦੇ ਰਹਿਣਾ ਕਿਤਾਬ 'ਚੋਂ, ਹੁਣ ਉਹ ਇੱਕ ਮਿੰਟ 'ਚ ਕਿਹੜੀ ਧਾਰਾ ਵਾਸਤੇ ਕਿਹੜੀ ਜੱਜਮੈਂਟ ਰੈਲੇਵੈਂਟ ਹੈ ਉਹ ਉਸੇ ਵੇਲੇ ਲੱਭ ਲੈਂਦੇ ਨੇ। ਔਰ ਇਹ ਕੰਮ ਅਸੀਂ 96-97 ਤੋਂ ਕਰ ਰਹੇ ਹਾਂ, ਇਹ ਚੱਲ ਰਿਹਾ। ਪਰ ਜਿਸ ਤਰ੍ਹਾਂ ਦਾ ਅੱਜ ਇੱਥੇ ਚਰਚਾ ਹੋਇਆ ਕਿ ਡਰ ਵੀ ਹੈ, ਜਿਵੇਂ ਖੀਵਾ ਸਾਹਿਬ ਨੇ ਕਿਹਾ ਤਾਂ ਵੀ ਡਰਾ ਵੀ ਬਹੁਤ ਦਿੱਤਾ ਇੱਥੇ, ਮੈਨੂੰ ਲੱਗਦਾ ਗਰੇਵਾਲ ਸਾਹਿਬ ਦੇ ਜਿਹੜੇ ਭਾਸ਼ਣ 'ਚ ਅਖੀਰ 'ਤੇ ਜਿੱਥੇ ਉਹਨਾਂ ਨੇ ਡਰਾਇਆ ਔਰ ਇੱਕ ਸੀਮਾ ਮਿਥ ਕੀ ਕਿ 2050 ਤੱਕ ਕੀ ਹੋ ਜਾਣਾ, ਪਰ ਸਾਨੂੰ ਇੱਥੇ ਜਿਹੜੀ ਉਹਨਾਂ ਨੇ ਉਹਦੇ ਵਿੱਚ ਇੱਕ ਗੱਲ ਉਹਨਾਂ ਨੇ ਆਪ ਹੀ ਕਹਿਤੀ, ਇਹ ਵੀ ਮੈਨੂੰ ਲੱਗਦਾ ਕਿ ਸ਼ਾਇਦ ਉਹਨਾਂ ਨੇ ਆਪ ਨਹੀਂ ਕਹੀ, ਉਹਨਾਂ ਕੋਲੋਂ AI ਵੀ ਘਵਾ ਗਈ ਕਿ ਜਿਹੜਾ ਉਹਨਾਂ ਨੇ ਇੱਥੇ ਪਹਿਲਾਂ ਡਰਾਵਤਾ ਕਿ ਕੁਛ ਨਹੀਂ ਰਹਿਣਾ ਮਨੁੱਖ 2050 ਤੱਕ, ਉਹਦੇ ਨਾਲੋਂ ਮਸ਼ੀਨ ਅੱਗੇ ਵੱਧ ਜਾਣੀ, ਇਹਦੇ ਨਾਲ ਸਹਿਮਤ ਹੋਣਾ ਜਾਂ ਨਾ ਹੋਣਾ ਇੱਕ ਅਲੱਗ ਗੱਲ ਹੈ, ਪਰ ਅਖੀਰ 'ਤੇ ਇਹਦੇ ਤੋਂ ਬਚਣਾ ਕਿਵੇਂ ਹੈ ਉਹਦੇ ਬਾਰੇ ਉਹਨਾਂ ਨੇ ਜਿਹੜੀ ਗੱਲ 1500 'ਚ ਬਾਬੇ ਨਾਨਕ ਦੀ ਫਿਲੋਸਫੀ ਨੇ ਕੀਤੀ ਸੀ ਉਹ ਕਹੀ ਕਿ ਮਾਨਵਤਾ ਦਇਆ ਧਰਮ 'ਤੇ ਜੇ ਅਸੀਂ ਅਹਿੰਸਾ ਮੁਹੱਬਤ ਨੂੰ ਵੰਡਾਂਗੇ ਤਾਂ ਅਸੀਂ ਉਹਦੇ ਤੋਂ ਬਚਾਂਗੇ। ਹਉਮੈ ਦੀਰਘ ਰੋਗ ਹੈ ਉਹ ਜਿਹੜੀ ਗੱਲ ਹੈ ਉਹਦੇ 'ਚ, ਕਿ ਉਹਦਾ ਇਲਾਜ ਵੀ ਉਹਦੇ 'ਚ ਉਹਨਾਂ ਨੇ ਆਪ ਹੀ ਦੱਸਤਾ। ਸਾਨੂੰ ਇਸ ਪੱਖ ਤੋਂ ਸੋਚਣ ਦੀ ਲੋੜ ਹੈ। ਔਰ ਬਾਕੀ ਹੈ ਕਿ ਮਨੁੱਖ ਦਾ ਬਦਲ ਜਾਂ ਮਨੁੱਖ ਦੇ ਦਿਮਾਗ ਦਾ, ਉਹਦੀ ਸੋਚ ਦਾ, ਉਹਦੀ ਕਲਪਨਾ ਦਾ ਬਦਲ ਅਜੇ ਮੈਨੂੰ ਨਹੀਂ ਲੱਗਦਾ ਸੰਭਵ ਹੈ, ਕਿਉਂਕਿ ਅਸੀਂ ਸਾਰੀ ਵਿਚਾਰ ਚਰਚਾ ਕਰਦੇ ਹਾਂ ਫਿਰ 1500 'ਤੇ ਗਏ ਹਾਂ, ਅਸੀਂ ਸੇਧ 1500 ਵਾਲੇ ਸਿਧਾਂਤ ਤੋਂ ਲੈਣ ਡੇ ਹਾਂ।
ਕਿ ਅਸੀਂ ਬਚਣਾ ਕਿਵੇਂ ਆ। ਉਹ ਜਿਹੜਾ ਸਿਧਾਂਤ ਬਾਬੇ ਨਾਨਕ ਨੇ 1500 'ਚ ਦਿੱਤਾ ਸੀ, ਅਸੀਂ ਫਿਰ ਉਹਦੀ ਹੀ ਗੱਲ ਕਰ ਰਹੇ ਹਾਂ 2050 'ਚੋਂ ਬਚਣ ਵਾਸਤੇ। ਸੋ ਮਨੁੱਖ ਦੀ ਕਲਪਨਾ ਤੋਂ ਅੱਗੇ ਜਾਣਾ, ਇਹਦੇ 'ਤੇ ਚਰਚਾ ਹੋਣੀ ਚਾਹੀਦੀ ਹੈ। ਪਰ ਜਿੱਥੋਂ ਤੱਕ ਇਸ ਮਸ਼ੀਨ ਦਾ ਜਾਂ ਇਸ ਪ੍ਰੋਗਰਾਮ ਦਾ ਐਪਲੀਕੇਸ਼ਨ ਦਾ ਸੰਬੰਧ ਹੈ, ਮੈਂ ਤੁਹਾਡੇ ਨਾਲ 2 ਗੱਲਾਂ ਕਰਨਾ ਕਿ ਜਦੋਂ ਟੀ ਵੀ ਆਇਆ, ਜਦੋਂ ਸੀਰੀਅਲ ਚੱਲੇ ਤਾਂ ਇੱਕ ਚਰਚਾ ਚੱਲੀ ਸੀ ਕਿ ਨਾਟਕ ਗਿਆ ਹੁਣ। ਰਾਜਵਿੰਦਰ ਵੀਰ ਬੈਠਾ ਹੈ, ਨਾਟਕਕਾਰ ਸੰਜੀਵਨ ਹੁਣੀ ਬੈਠੇ ਨੇ, ਨਾਟਕ ਨਹੀਂ ਮਰਿਆ, ਉਹ ਫਿਰ ਵੀ ਸਟੇਜੀ ਨਾਟਕ ਅੱਜ ਔਨਲਾਈਨ ਚੱਲ ਰਿਹਾ। ਈ ਲਾਇਬ੍ਰੇਰੀ ਆਈਆਂ ਅਤੇ ਹੋਇਆ ਕਿ ਕਿਤਾਬ ਨਹੀਂ ਰਹੀ, ਕਿਤਾਬ ਫਿਰ ਵੀ ਹੈ ਕਿਉਂਕਿ ਉਹਦੇ ਬਦਲਦੇ ਰੂਪ ਨੇ। ਅਸੀਂ ਐਵੀਡੈਂਸ ਕਰਾਉਂਦੇ ਹੁੰਦੇ ਸੀ ਅਤੇ ਪਹਿਲਾਂ ਇਹ ਹੁੰਦਾ ਸੀ ਕਿ ਜਿੰਨਾ ਚਿਰ ਤੱਕ ਨੈਗੇਟਿਵ ਨਹੀਂ ਆਏਗਾ ਉਹ ਫੋਟੋ ਉਹ ਡਾਕੂਮੈਂਟ ਅਦਾਲਤ ਮੰਨਦੀ ਨਹੀਂ ਸੀ, ਪਹਿਲਾਂ ਨੈਗੇਟਿਵ ਜਾਵੇਗਾ। ਅੱਜ ਨੈਗੇਟਿਵ ਗਾਇਬ ਹੋ ਗਿਆ, ਪਰ ਅਦਾਲਤਾਂ ਜੋ ਕੁਝ ਤੁਸੀਂ ਮੋਬਾਈਲ 'ਚ ਸੇਵ ਕਰ ਲਿਆ ਸੋਫਟ ਕਾਪੀ ਨੂੰ ਡਾਕੂਮੈਂਟ ਮੰਨਣ ਲੱਗ ਗਈਆਂ, ਇਹ ਇੱਕ ਤਬਦੀਲੀ। ਪੰਜਾਬੀ ਨੇ ਕਿਵੇਂ ਸਰਵਾਈਵ ਕਰਨਾ ਇਸ ਜਿਹੜਾ ਹਮਲਾ ਹੈਗਾ ਆਰਟੀਫਿਸ਼ਲ ਇੰਟੈਲੀਜੈਂਸ ਦਾ, ਇਹਦੇ ਲਈ ਮੈਂ ਗੱਲ ਨਹੀਂ ਕਰਾਂਗਾ, ਜਸਵੰਤ ਜ਼ਫਰ ਇਹਦੇ ਬਾਰੇ ਗੱਲ ਕਰਨਗੇ ਕਿਉਂਕਿ ਸਵਾਲ ਉੱਠਿਆ, ਮੈਂ ਇਹਦਾ ਜਵਾਬ ਇਸ ਕਰਕੇ ਦੇ ਰਿਹਾ। ਅਤੇ ਉਹ ਇਹ ਆ ਕਿ ਮੈਂ ਨਹੀਂ ਸਮਝਦਾ ਕਿ ਸਰਕਾਰ ਚੰਗਾ ਕੀ ਕਰ ਰਹੀ ਆ, ਮਾੜਾ ਕੀ ਕਰ ਰਹੀ ਆ, ਪਰ ਮੈਂ ਇੱਕ ਗੱਲ ਤੁਹਾਡੇ ਨਾਲ ਬਹੁਤ ਸ਼ੇਅਰ ਕਰਨਾ ਚਾਹੁੰਦਾ ਕਿ ਐਟਲੀਸਟ ਜਿੱਥੋਂ ਤੱਕ ਲੈਂਗੁਏਜ ਲਿਟਰੇਚਰ ਆਰਟ ਕਲਚਰ ਦਾ ਸਵਾਲ ਆ, ਉੱਥੇ ਪੰਜਾਬ ਸਰਕਾਰ ਨੇ ਜਸਵੰਤ ਜ਼ਫਰ ਨੂੰ ਭਾਸ਼ਾ ਵਿਭਾਗ ਦਾ ਔਰ ਸਵਰਨਜੀਤ ਸਵੀ ਨੂੰ ਆਰਟ ਕੌਂਸਲ ਦਾ ਚੇਅਰਮੈਨ ਲਾ ਕੇ ਆਪਣੀ ਜਿਹੜੀ ਮਤਲਬ ਇਹ ਚਿੰਤਾ ਇਹ ਪ੍ਰਗਟਾਈ ਆ। ਔਰ ਪੰਜਾਬ ਗੌਰਮੈਂਟ ਕੀ ਕਰਦੀ ਆ ਮੈਂ ਉਹਦੇ ਬਾਰੇ ਨਹੀਂ ਕਹਾਂਗਾ, ਪਰ ਇਹ ਦੋਨੋਂ ਜਣੇ ਇਸ ਗੱਲ ਦੇ ਉੱਤੇ ਲੱਗੇ ਹੋਏ ਨੇ ਕਿ ਆਉਣ ਵਾਲੇ, ਕਿਉਂਕਿ CM ਨੇ ਪ੍ਰੋਮਿਸ ਕੀਤਾ ਸੀ ਕਿ ਮੈਂ ਪੰਜਾਬ ਦੇ ਲੋਕਾਂ ਨਾਲ ਪ੍ਰੋਮਿਸ ਕੀਤਾ ਸੀ ਕਿ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਤੱਕ ਇਹ ਕੰਮ ਅਸੀਂ ਸਿਰੇ ਚੜ੍ਹਾ ਲਾਂਗੇ, ਔਰ ਮੈਨੂੰ 100% ਆਸ ਆ ਕਿ ਜਸਵੰਤ ਜ਼ਫਰ ਇਹ ਕੰਮ ਸਿਰੇ ਚੜ੍ਹਾ ਲੈਣਗੇ। ਦੂਸਰੀ ਗੱਲ ਇਹ ਇੱਕ ਵਾਰ ਵਾਰ ਆ ਰਹੀ ਆ ਕਿ ਮਨੁੱਖ ਕਿੱਧਰ ਜਾਏਗਾ ਜੇ ਮਸ਼ੀਨਾਂ ਹੀ ਸਾਰਾ ਕੁਛ ਸਾਂਭ ਲੈਣਗੀਆਂ। ਮੈਂ ਤਾਂ ਇਹ ਬਿਲਕੁਲ ਉਲਟ ਗੱਲ ਕੀਤੀ ਹੈ ਕਿ ਮਸ਼ੀਨ ਨੇ ਮਨੁੱਖ ਨੂੰ ਹੀ ਔਗਮੈਂਟ ਕਰਨਾ, ਜਿਵੇਂ ਬਾਕੀ ਸਾਰੇ ਕਾਸੇ ਦੇ ਵਿੱਚ ਉਹਦੀ ਔਗਮੈਂਟੇਸ਼ਨ ਕਰਦੀ ਆਈਆਂ ਨੇ ਮਸ਼ੀਨਾਂ, ਇਸ ਉਹਦੇ ਮਤਲਬ ਹਰ ਚੀਜ਼ ਨੂੰ ਔਗਮੈਂਟ ਕੀਤਾ। ਮੈਂ ਐਨਕਾਂ ਲਾਈ ਫਿਰਦਾ, ਮੈਂ ਦੰਦ ਵੀ ਲਾਏ ਹੋਏ ਨੇ, ਕੰਨਾਂ ਦੇ ਵਿੱਚ ਵੀ ਕਈਆਂ ਨੇ ਲਾਏ ਹੋਏ ਨੇ, ਇਹ ਕੋਈ ਨੈਗੇਟਿਵ ਗੱਲ ਹੈ? ਜੇ ਸਾਡੇ ਮਾਇੰਡ ਨੂੰ ਔਗਮੈਂਟ ਕਰੇਗੀ ਕੋਈ ਚੀਜ਼, ਸਾਡੀ ਕ੍ਰੀਏਟਿਵਿਟੀ ਨੂੰ ਔਗਮੈਂਟ ਕਰੇਗੀ ਕੋਈ ਚੀਜ਼, ਰਿਐਲਿਟੀ ਨੂੰ ਔਗਮੈਂਟ ਕਰੇਗੀ ਚੋਇਸ, ਉਹ ਨੈਗੇਟਿਵ ਤਾਂ ਹੋ ਹੀ ਨਹੀਂ ਸਕਦੀ। ਅਸੀਂ ਹਮੇਸ਼ਾ ਹੀ ਗੱਲ ਕਹਿੰਦੇ ਹਾਂ ਕਿ ਮਾਇੰਡ ਨੂੰ ਪਲੱਸ ਮਾਇੰਡ, ਕ੍ਰੀਏਟਿਵਿਟੀ ਨੂੰ ਪਲੱਸ ਕ੍ਰੀਏਟਿਵਿਟੀ, ਰਿਐਲਿਟੀ ਨੂੰ ਪਲੱਸ ਰਿਐਲਿਟੀ, ਅਤੇ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਇੰਟੈਲੀਜੈਂਸ ਨੂੰ ਪਲੱਸ ਇੰਟੈਲੀਜੈਂਸ, ਜੇ ਮਨੁੱਖ ਦੀ ਔਗਮੈਂਟੇਸ਼ਨ ਹੋ ਰਹੀ ਆ ਇਹਨੂੰ ਮਾੜਾ ਕਿਵੇਂ ਕਹਿ ਸਕਦੇ ਹਾਂ, ਖਤਰਾ ਕਿਵੇਂ ਕਹਿ ਸਕਦੇ ਹਾਂ? ਹਾਂਜੀ ਜੀ ਜੀ ਬੇਟਾ ਮੈਂ ਸਮਝ ਗਿਆ ਤੁਹਾਡਾ ਕੁਐਸਚਨ, ਟਾਈਮ ਦੀ ਪ੍ਰੋਬਲਮ ਹੈ। ਹਾਂ
ਬੇਟੇ ਮੈਂ ਇੱਕ ਮਿੰਟ ਕਰਦਾ ਇਹਦੇ ਤੁਹਾਡਾ ਚਲੋ ਜਵਾਬ ਦੇਣਾ ਇਸ ਗੱਲ ਦਾ। ਸਿਚੁਏਸ਼ਨ ਇਹ ਆ ਕਿ ਮੈਂ ਜਿਵੇਂ ਗੱਲ ਕਹੀ ਸੀ ਕਿ ਆਉਣ ਵਾਲਾ ਟਾਈਮ ਆਨਸਰਿੰਗ ਮਸ਼ੀਨ ਤਿਆਰ ਕਰ ਦਿੱਤੀ ਆ, ਟੀਚਰ ਇਜ਼ ਨੋਟ ਏ ਆਨਸਰਿੰਗ ਮਸ਼ੀਨ। ਮਤਲਬ ਜਿਹੜੇ ਬੱਚੇ ਨੇ ਉਹਨਾਂ ਦੇ ਵਿੱਚ ਕੁਐਸਚਨ ਕਰਨ ਦੀ ਜੋ ਉਹਨਾਂ ਦੀ ਜਗਿਆਸਾ, ਉਹਨਾਂ ਦੀ ਮਤਲਬ ਸਾਰੀ ਚੀਜ਼ ਨੂੰ ਅੰਡਰਸਟੈਂਡ ਕਰਕੇ ਕੁਐਸਚਨ ਕਰਕੇ ਠੀਕ ਆਨਸਰ ਲੈਣ ਦੀ ਜਿਹੜੀ ਸਮਰੱਥਾ ਉਹ ਪੈਦਾ ਕਰਨੀ ਆ ਟੀਚਰ ਨੇ, ਦੈਟ ਇਜ਼ ਦਾ ਡਿਊਟੀ। ਇਹ ਨਹੀਂ ਹੈਗਾ ਕਿ ਉਹਨੇ ਉੱਥੇ ਜਾ ਕੇ ਲੈਕਚਰ ਕਰ ਦੇਣਾ ਅਤੇ ਟੀਚਰ ਸਵਾਲਾਂ ਦੇ ਉਹਨੂੰ ਕੋਈ ਜਵਾਬ ਦੇ ਦੇਣੇ। ਜਵਾਬ ਦੇਣ ਲਈ ਤਾਂ ਬਹੁਤ ਕੁਛ ਆ, ਉਸ ਗਿਆਨ ਨੂੰ ਇੰਪਲੀਮੈਂਟ ਕਿਵੇਂ ਕਰਨਾ ਸੋਸਾਇਟੀ ਦੇ ਵਿੱਚ, ਦੈਟ ਇਜ਼ ਦਾ ਇਸ਼ੂ ਜਿਹੜਾ ਕਿ ਟੀਚਰ ਨੇ ਦੱਸਣਾ। ਮੈਂ ਨਹੀਂ ਸੀ ਇਹ ਗੱਲ ਕਰਨਾ, ਮੈਂ ਇੱਕ ਮਿੰਟ ਦੇ ਵਿੱਚ ਇੱਕ ਗੱਲ ਤੁਹਾਡੇ ਨਾਲ ਸ਼ੇਅਰ ਕਰਦਾ ਆਪਣੇ ਦੋਹਤੇ ਦੀ। ਉਹ ਦੂਸਰੀ ਜਮਾਤ 'ਚ ਪੜ੍ਹਦਾ ਸੀ ਅਤੇ ਮੈਂ ਉਹਨੂੰ ਕਹਿ ਦਿੱਤਾ ਕਿ ਆਪਾਂ ਯੂਰਪ ਦੇ ਟੂਰ 'ਤੇ ਜਾਣਾ, ਤੂੰ ਸਾਰਾ ਯੂਰਪ ਦੀ ਇਟਰਨਰੀ ਪਲੈਨ ਕਰ। ਸੈਕਿੰਡ ਕਲਾਸ ਦੇ ਵਿੱਚ ਸੀ ਅਤੇ ਉਹ 2 ਮਹੀਨੇ ਲੱਗਿਆ ਰਿਹਾ ਨੈੱਟ ਦੇ ਉੱਤੇ, ਔਰ ਉਹਨੇ ਸਾਰੇ ਯੂਰਪ ਦੇ ਵਿੱਚ ਕਿੱਥੇ ਕਿੱਥੇ ਕਿਵੇਂ ਜਾਣਾ ਕੀ ਹੋਣਾ ਉਹਨੇ ਸਾਰੀ ਇਟਰਨਰੀ ਪਲੈਨ ਕਰ ਲਈ। ਪੇਰੈਂਟ ਟੀਚਰ ਮੀਟਿੰਗ ਹੋਈ, ਉੱਥੇ ਉਹਦੇ ਟੀਚਰ ਨੇ ਪੁੱਛ ਲਿਆ ਕਿ ਤੁਸੀਂ ਕਿੱਥੇ ਘੁੰਮਣ ਜਾ ਰਹੇ ਹੋ। ਉਹਨੇ 19 ਮੁਲਕਾਂ 19 ਮੁਲਕਾਂ ਦਾ ਸਾਰਾ ਕੁਛ ਕੀਤਾ ਸੀ ਅਤੇ ਉਸ ਤੋਂ ਬਾਅਦ ਉਹ ਕਹਿੰਦਾ ਜੀ ਇਟਲੀ, ਫਰਾਂਸ ਅਤੇ ਸਵਿਟਜ਼ਰਲੈਂਡ। ਮੈਂ ਉਹਨੂੰ ਰਸਤਾ ਪੁੱਛਿਆ, ਉਹਦੀ ਨਾਨੀ ਨੇ ਪੁੱਛਿਆ ਵੀ ਤੂੰ ਭੁੱਲ ਗਿਆ ਸੀ, ਡਰ ਗਿਆ ਸੀ, ਘਬਰਾ ਗਿਆ ਸੀ? ਉਹ ਕਹਿੰਦਾ ਨਹੀਂ। ਟੀਚਰ ਨੂੰ ਵਿਚਾਰੀ ਨੂੰ ਇਹਨਾਂ ਗੱਲਾਂ ਦਾ ਕੀ ਕੀਤਾ, ਮੇਰੀ ਟੀਚਰ ਬਹੁਤ ਅੱਛੀ ਆ, ਮੈਂ ਉਹਨੂੰ ਹੰਬੈਰਸ ਥੋੜ੍ਹੀ ਕਰਨਾ ਸੀ।